ਇਨੀਸ਼ੀਅਲ ਕੈਂਪ ਆਪਾਂ ਹਰ ਸਾਲ PRT ਕਮੇਟੀ ਆਰਗੇਨਾਈਜ਼ ਕਰਦੀ ਹੈ ਤੇ ਇਸ ਸਾਲ ਵੀ ਆਪਾਂ PGI ਦੇ ਨਾਲ ਮਿਲ ਕੇ 27th ਆਫ ਮਾਰਚ ਨੂੰ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਹੈ ਤੇ ਬਹੁਤ ਹੀ ਜ਼ਿਆਦਾ ਸਕਸੈਸਫੁਲ ਰਿਹਾ 100+ ਡੋਨਰਸ ਰਾਊਂਡ ਅਬਾਊਟ ਆਪਾਂ 125 ਡੋਨਰਸ ਨੇ ਅੱਜ ਡੋਨੇਟ ਕੀਤਾ ਹੈ ਬਲੱਡ ਤੇ ਇਵੈਂਟ ਬਹੁਤ ਹੀ ਜ਼ਿਆਦਾ ਸਕਸੈਸਫੁਲ ਗਿਆ ਹੁਣੇ ਕਲੋਜ਼ ਕਿੰਨੇ ਵਜੇ ਹੋਣਾ ਬਸ ਹੁਣ ਆਪਾਂ ਰੈਪ ਅਪ ਕਰ ਦਿੱਤਾ ਹੈ ਰਾਊਂਡ ਅਬਾਊਟ ਟਾਈਮ 3 ਵਜੇ ਦਾ ਹੁੰਦਾ ਕਿ ਉਹ ਕਲੋਜ਼ ਹੋ ਜਾਂਦਾ ਹੈ ਕਿਉਂਕਿ ਬਲੱਡ ਇੰਨੀ ਦੇਰ ਆਪਾਂ ਰੱਖ ਨਹੀਂ ਸਕਦੇ ਉਹਨੂੰ ਪ੍ਰੋਪਰਲੀ ਇੱਕ ਪ੍ਰੋਪਰ ਇਨਵਾਇਰਮੈਂਟ ਦੇ ਵਿੱਚ ਪਹੁੰਚਾਉਣਾ ਹੁੰਦਾ ਸੋ ਉਹਨਾਂ ਦੀ ਵੀ ਇੱਕ ਲਿਮਿਟ ਹੁੰਦੀ ਹੈ ਕਿ ਇੱਕ ਟਾਈਮ ਡਿਊਰੇਸ਼ਨ ਦੇ ਵਿੱਚ ਕਿੰਨਾ ਬਲੱਡ ਲੈ ਸਕਦੇ ਹੋ ਅੱਛਾ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਲੱਡ ਡੋਨੇਸ਼ਨ ਕੈਂਪ ਦੇ ਬਾਰੇ ਵੀਰੇ ਇੱਕ ਵਧੀਆ ਇਨੀਸ਼ੀਏਟਿਵ ਆ ਇੱਕ ਬੱਚਿਆਂ ਨੂੰ PGI ਦੇ ਵਿੱਚ ਜਦੋਂ ਜਾਂਦੇ ਹਾਂ ਉਦੋਂ ਕਿਸੇ ਨੂੰ ਕਦੇ ਖੁਦਾ ਨਾ ਖਾਸਤਾ ਐਮਰਜੈਂਸੀ ਪੈਂਦੀ ਹੈ ਕੁਛ ਹੁੰਦਾ ਉੱਥੇ 3-3 ਦਿਨ ਦੀ ਵੇਟਿੰਗ ਆਉਂਦੀ ਹੈ ਇੱਕ ਇਨੀਸ਼ੀਏਟਿਵ ਸਾਡੇ ਇੱਕ ਸੋਚ ਸੀ PRT ਕਮੇਟੀ ਦੀ ਕਿ ਉੱਥੇ ਜਿੰਨੇ ਅਸੀਂ ਆਪਦੇ ਲੈਵਲ 'ਤੇ ਹੈਲਪ ਕਰ ਸਕਦੇ ਹੋਈਏ ਇੱਕ ਕਾਲਜ ਵੱਲੋਂ ਇੱਕ ਆਪਣੇ ਸਟੂਡੈਂਟ ਆ ਯੂਥ ਹੁੰਦਾ ਕਿ ਯਾਰ ਬੱਚਿਆਂ ਨੂੰ ਹੁੰਦਾ ਇੱਕ ਉਤਸ਼ਾਹ ਹੁੰਦਾ ਕਿ ਯਾਰ ਕੋਈ ਵਧੀਆ ਕੰਮ ਕਰੀਏ ਆਪਾਂ ਇੱਕ ਬੰਦਾ ਬਲੱਡ ਡੋਨੇਟ ਕਰਦਾ 3 ਜਾਣਿਆਂ ਦੀ ਲਾਈਫ ਬਚ ਸਕਦੀ ਆ ਤੇ ਤੁਸੀਂ ਵੀ ਕੀਤਾ ਸੀ ਬਲੱਡ ਡੋਨੇਟ ਹਾਂਜੀ ਵੀਰੇ ਮੈਂ ਬਲੱਡ ਡੋਨੇਟ ਕੀਤਾ ਸੀਗਾ ਜੀ ਕਿੱਦਾਂ ਦਾ ਲੱਗਿਆ ਬਲੱਡ ਡੋਨੇਟ ਕਰਕੇ ਤੁਹਾਨੂੰ ਕੁਛ ਨਹੀਂ ਵੀਰੇ ਬੋਰਨ ਵੇਟੇ ਚੀਨੀ ਕਾ ਉੱਥੇ ਥੋੜੀ ਜੀ ਬਸ ਬਤਾਈਏ ਬਲੱਡ ਡੋਨੇਸ਼ਨ ਕੈਂਪ ਕੇ ਬਾਰੇ ਮੇਂ ਕੈਸਾ ਰਹਾ ਬਲੱਡ ਡੋਨੇਸ਼ਨ ਕੈਂਪ ਬਹੁਤ ਵੈਲ ਆਰਗੇਨਾਈਜ਼ ਥਾ ਸਾਰੇ ਇਸ ਵਾਰ ਪਹਿਲੇ ਉਦੋਂ ਤਾਂ ਕੁਛ ਬੱਚੇ ਬੀਚ ਮੇਂ ਸੇ ਚਲੇ ਜਾਤੇ ਥੇ ਇਸ ਵਾਰ ਸਾਰੇ ਆਰਗੇਨਾਈਜ਼ਰਸ ਸਟਾਰਟ ਸੇ ਲੈ ਕੇ ਐਂਡ ਤੱਕ ਰੁਕੇ ਹੈ ਸਭ ਨੇ ਇਕੁਅਲੀ ਕੰਟ੍ਰਿਬਿਊਟ ਕੀਆ ਹਰ ਚੀਜ਼ ਮੇਂ ਫਰੋਮ ਦ ਕਨਵੀਨਰ ਸੇ ਲੈ ਕੇ ਵਾਲੰਟੀਅਰਸ ਤੱਕ ਸਭ ਨੇ ਆਪਣੇ ਪੂਰੇ ਐਫਰਟਸ ਦਿਏ ਹੈ ਇਸ ਮੇਂ ਤੋ ਜੋ ਪੂਰੀ ਆਪਕੀ ਟੀਮ ਹੈ ਸਭ ਨੇ ਵੀ ਕੀਆ ਬਲੱਡ ਡੋਨੇਟ ਨਹੀਂ ਟੀਮ ਕੇ ਸਾਰੇ ਮੈਂਬਰਸ ਨੇ ਨਹੀਂ ਕੀਆ ਕਿਉਂਕਿ ਡਾਕਟਰਸ ਨੇ ਵੀ ਬੋਲਾ ਥਾ ਅਗਰ ਆਪ ਬਲੱਡ ਡੋਨੇਟ ਕਰਤੇ ਹੋ ਉਸਕੇ ਬਾਅਦ ਆਪ ਕਾਮ ਨਹੀਂ ਕਰ ਸਕਤੇ ਹੋ ਆਲਦੋ ਜਿਨ੍ਹਾਂ ਨੇ ਕੀਆ ਉਸਕੇ ਬਾਅਦ ਉਹ ਕੰਮ ਵੀ ਕਰ ਰਹੇ ਥੇ ਬਟ ਸਟਿਲ ਇਸ ਲਈ ਉਹਨਾਂ ਨੇ ਬੋਲਾ ਥਾ ਇਸ ਲਈ ਉਹਨਾਂ ਨੇ ਨਹੀਂ ਦਿਆ ਕਿਉਂਕਿ ਔਰ ਕੁਛ ਲੋਕ ਐਸੇ ਵੀ ਥੇ ਜਿਨ੍ਹਾਂ ਨੇ ਅਭੀ ਵਿਦ ਇਨ ਅ ਮੰਥ ਔਰ ਟੂ ਦਿਆ ਹੁਆ ਥਾ ਬਲੱਡ ਤੋ ਦੇ ਕੁਡੰਟ ਤੋ ਅਗਲਾ ਆਪਕਾ ਪਲਾਨ ਕਿਆ ਹੈ ਅਗਲਾ ਕਬ ਹੋਣੇ ਜਾ ਰਹਾ ਹੈ ਬਲੱਡ ਡੋਨੇਸ਼ਨ ਕੈਂਪ ਬਲੱਡ ਡੋਨੇਟ ਹਮਾਰਾ ਲਾਸਟ ਨਵੰਬਰ ਮੇਂ ਹੁਆ ਥਾ ਅਬ ਉਸਕੇ ਬਾਅਦ ਇਸ ਬਾਰ ਮਾਰਚ ਮੇਂ ਹੁਆ ਹੈ ਅਬ ਹਮਾਰਾ ਨੈਕਸਟ ਸਮੈਸਟਰ ਮੇਂ ਹੀ ਹੋਗਾ ਹਮ ਹਰ ਸਮੈਸਟਰ ਮੇਂ ਹੀ ਕਰਤੇ ਹੈ ਵੈਸੇ ਜਬ PGI ਵਾਲੇ ਹਮੇਂ ਨੋਟੀਫਾਈ ਕਰਤੇ ਹੈ ਕਿ ਉਹਨੇ ਕੈਂਪ ਲਗਾਨਾ ਹੈ ਹਮ ਤਭੀ ਕਰਤੇ ਹੈ और ये पूछते हैं डॉक्टर से कि उनका कैसा रहा कैसा लग रहा है उन्हें मतलब रिस्पांस कैसा रहा और कैसा रहा यहाँ पे रिस्पांस बता सकते हैं आप बढ़िया तो एक्सपेक्टेड था अपना तो नेक्स्ट टाइम कब कोई प्लान है आपका कि कब आ रहे हो यहाँ पे ये तो ऑर्गेनाइजर्स का प्लान होता है जब वो लगाते हैं और हमारी डेट फ्री होती है तो सर पहली बार कर रहे हो ब्लड डोनेट नहीं यार थर्ड टाइम कैसा लग रहा है मतलब अभी कर ही रहे हो तो लग कैसा लग रहा है पीछे मुड़ के देख क्या लिखे ऊपर देख दीवार पे पीछे दीवार पे क्या लिखे रंगमंच आज क्या है थिएटर डे वर्ल्ड थिएटर डे वर्ल्ड थिएटर डे पे ब्लड डोनेट कर रहे हो उससे अच्छी फीलिंग क्या हो सकती है ना मैंने तो बेड भी इतना अच्छा चूज किया मेरे सामने थिएटर है तो अपन मजे मार रहे हैं लाइफ में जो खून था खून में थिएटर है खून लेके तो जैसे कि आपने देखा ये वर्ल्ड थिएटर डे पे अपना ब्लड डोनेट कर रहे हैं बहुत अच्छे सर आपको खून देके कैसा लगा अच्छा लगा सर आपको खून देके ब्लड डोनेशन करके कैसा लगा हाँ जी बहुत अच्छा लग रहा है खून देने दे के एक वो होता है अंदर से खुशी सी महसूस होती है तो कितनी बार कर चुके ब्लड डोनेट आप मेरा हो गया वो लगभग 11-12 बार हुआ शायद